ਕੀ ਤੁਸੀਂ ਆਇਲਸ ਵਿੱਚੋਂ ਚੰਗੇ ਬੈਂਡ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਅਚੀਵਰਸ ਪੁਆਇੰਟ ਕੋਟਕਪੂਰਾ ਵਿਖੇ ਆਓ, ਜਿਸ ਨੂੰ ਮਿਲਿਆ ਹੈ ਬੈਸਟ ਇੰਸਟੀਚਿਊਟ ਦਾ ਅਵਾਰਡ। ਸਿਰਫ ਕੁਝ ਹੀ ਦਿਨਾਂ ਵਿੱਚ ਚੰਗੇ ਬੈਂਡ ਹਾਸਲ ਕਰੋ ਅਤੇ ਆਇਲਸ ਵਿੱਚੋਂ ਚੰਗੇ ਬੈਂਡ ਲੈ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੋ। ਸੰਪਰਕ ਕਰੋ ਅਚੀਵਰਸ ਪੁਆਇੰਟ ਕੋਟਕਪੂਰਾ 96462-13240, 96462-13240। ਅਚੀਵਰ ਪੁਆਇੰਟ ਪ੍ਰੈਜੈਂਟ ਰੌਣਕ ਕੈਂਪਸ ਦੀ ਰਿਕਾਰਡ 9 ਬੈਂਡ ਇੰਸਟੀਟਿਊਟ ਨੀਅਰ ਲਾਈਟਾਂ ਵਾਲਾ ਚੌਂਕ ਓਪੋਜ਼ਿਟ PNB ਬੈਂਕ ਮੁਕਤਸਰ ਰੋਡ ਕੋਟਕਪੂਰਾ। ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਭਾਣਾ ਜ਼ਿਲ੍ਹਾ ਫਰੀਦਕੋਟ ਵਿਖੇ ਸਥਿਤ ਹੈ। ਸਾਡੀ ਟੀਮ ਨੇ ਸਕੂਲ ਦੇ ਬੱਚਿਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਬੱਚਿਆਂ ਤੋਂ +2 ਤੋਂ ਬਾਅਦ ਸਟੱਡੀ ਬਾਰੇ ਜਾਣਿਆ ਅਤੇ ਬੱਚਿਆਂ ਨੇ ਇਸ ਮੌਕੇ ਖੂਬ ਰੌਣਕਾਂ ਲਾਈਆਂ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਤਾਂ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਤੁਹਾਡਾ ਆਪਣਾ ਫੇਵਰੇਟ ਮਨਪਸੰਦ ਸ਼ੋਅ ਅਚੀਵਰ ਪੁਆਇੰਟ ਪ੍ਰੈਜ਼ੈਂਟ ਰੌਣਕ ਕੈਂਪਸ ਦੀ ਔਨ ਪੰਜਾਬ ਪਲੱਸ। ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਭਾਣੇ ਵਿਖੇ ਅਤੇ ਇੱਥੇ ਅਸੀਂ ਗੱਲਾਂ ਬਾਤਾਂ ਕਰਾਂਗੇ ਬੱਚਿਆਂ ਨਾਲ। ਤਾਂ ਸਭ ਤੋਂ ਪਹਿਲਾਂ ਅਸੀਂ ਇੱਥੋਂ ਦੇ ਪ੍ਰਿੰਸੀਪਲ ਮੈਮ ਨਾਲ ਗੱਲ ਕਰਾਂਗੇ। ਹਾਂਜੀ ਮੈਮ, ਤੁਸੀਂ ਆਪਣੇ ਸਕੂਲ ਬਾਰੇ ਕੁਛ ਕਹਿਣਾ ਚਾਹੋਗੇ? ਪਹਿਲਾਂ ਤਾਂ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਆਪ ਸਾਰਿਆਂ ਦਾ ਵੈਲਕਮ ਕਿ ਤੁਸੀਂ ਸਾਡੇ ਸਕੂਲ ਨੂੰ ਇਸ ਈਵੈਂਟ ਦੇ ਲਈ ਚੁਣਿਆ। ਮੈਂ ਆਪਣੇ ਸਕੂਲ ਬਾਰੇ ਇਹ ਕਹੂੰਗੀ ਕਿ ਸਾਡੇ ਸਕੂਲ ਦਾ ਸਟਾਫ, ਸਟੂਡੈਂਟ ਸਾਰੇ ਹੀ ਮਿਹਨਤੀ ਨੇ, ਇੱਕ ਟੀਮ ਵਰਕ ਨਾਲ ਵਰਕ ਕਰਦੇ ਨੇ। ਸਾਡੇ ਚੇਅਰਮੈਨ ਸਰ ਸਰਦਾਰ ਗੁਰਦੇਵ ਸਿੰਘ ਧਾਲੀਵਾਲ, MD ਸਰ ਸਰਦਾਰ ਭਗਤ ਸਿੰਘ ਧਾਲੀਵਾਲ, ਉਹਨਾਂ ਦੇ ਜਿਹੜੇ ਆ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਅਸੀਂ ਅੱਜ ਇੱਕ ਟੋਪ ਸਕੂਲਸ ਦੀ ਲਿਸਟ ਦੇ ਵਿੱਚ ਹਾਂ। ਐਂਡ ਆਈ ਐਮ ਪ੍ਰਾਊਡ ਆਫ ਮਾਈ ਸਟੂਡੈਂਟਸ, ਦਾ ਹਰਗੋਬਿੰਦੀਅਨਸ ਆਰ ਬੈਸਟ ਐਂਡ ਦੇ ਵਿਲ ਸ਼ੋਅ ਯੂ ਦੈਟ ਵੀ ਆਰ ਦਾ ਬੈਸਟ ਐਂਡ ਵੀ ਵਿਲ ਬੀ ਦਾ ਬੈਸਟ। ਥੈਂਕ ਯੂ। ਅਤੇ ਅੱਜ ਪਹੁੰਚੇ ਆ ਅਚੀਵਰ ਪੁਆਇੰਟ ਵਾਲੇ ਸਾਡੇ ਨਾਲ ਇੱਥੇ ਸਕੂਲ ਦੇ ਵਿੱਚ, ਸਰ ਕੀ ਕਹਿਣਾ ਚਾਹੋਗੇ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਂ ਸਕੂਲ ਦੇ ਪ੍ਰਿੰਸੀਪਲ ਮੈਡਮ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਬੱਚਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਠੀਕ ਹੈ ਜੀ, ਅਤੇ ਮੈਂ ਬੱਚਿਆਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੁਹਾਡੇ 'ਚੋਂ ਕਿੰਨੇ ਕੁ ਬੱਚੇ ਬਾਹਰ ਜਾਣ ਲਈ ਇੰਟਰਸਟਡ ਨੇ? ਬਾਈ ਬਾਹਰ ਜਾਣ ਵਾਲੇ ਕਿਹੜੇ ਕਿਹੜੇ ਦੱਸਿਓ ਕਰੋ। ਬਸ ਇਕੱਲਾ ਹੀ ਜਾ ਜਾਣਾ ਤਾਂ ਸਾਰੇ ਆੜੇ ਪਰ ਹੱਥ ਨਹੀਂ ਖੜੇ ਕਰਦੇ ਨੇ। ਹੁਣ ਤੁਸੀਂ ਨਾ ਬਿਨਾਂ ਸੰਗ ਤੋਂ ਹੱਥ ਖੜੇ ਕੀਤੇ ਆ, ਠੀਕ ਹੈ ਨਾ? ਅਤੇ ਇਹਦੇ ਲਈ ਇਹ ਆ ਵੀ ਅੱਜ ਕੱਲ੍ਹ ਜਿਹੜਾ ਅਸੀਂ ਸਟੱਡੀ ਬੇਸ 'ਤੇ ਜਾ ਰਹੇ ਹਾਂ ਉਹਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਆਈਲੈਟਸ। ਠੀਕ ਹੈ, ਆਈਲੈਟਸ ਦੇ 4 ਮੋਡਿਊਲ ਹੁੰਦੇ ਆ। ਠੀਕ ਹੈ, ਜਿਹਦੇ ਵਿੱਚ ਜੇ ਅਸੀਂ ਸਟੱਡੀ ਵੀਜ਼ਾ ਲੈਣਾ ਤਾਂ ਸਾਨੂੰ ਹਰੇਕ ਮੋਡਿਊਲ ਦੇ ਵਿੱਚ 6 ਬੈਂਡ ਜ਼ਰੂਰੀ ਆ ਅਤੇ ਮੈਕਸੀਮਮ 9 ਬੈਂਡ ਹੁੰਦੇ ਆ। ਠੀਕ ਹੈ ਜੀ, ਅਸੀਂ ਅਚੀਵਰ ਪੁਆਇੰਟ ਸੈਂਟਰ ਸਾਡਾ 2009 ਤੋਂ ਇਹ ਸਰਵਿਸ ਦੇ ਰਿਹਾ ਅਤੇ ਤਕਰੀਬਨ ਮੈਂ ਸ਼ਾਇਦ ਮਾਣ ਨਹੀਂ ਕਰਦਾ ਇਸ ਗੱਲ ਦਾ ਪਰ ਫਰੀਦਕੋਟ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਸਿਰਫ ਸਾਡਾ ਇਕਲੌਤਾ ਸੈਂਟਰ ਹੈ ਜਿਹਨੇ 9 ਦੇ ਵਿੱਚੋਂ 9 ਬੈਂਡ ਘੱਟੋ ਘੱਟ ਨਹੀਂ ਤਾਂ 100+ ਸਟੂਡੈਂਟ ਦੇ ਆਏ ਆ। ਠੀਕ ਹੈ, ਇਹਦੇ ਲਈ ਮੈਂ ਕਲੈਪਿੰਗ ਵੀ ਚਾਹੂੰਗਾ ਤੁਹਾਡੇ ਤੋਂ। ਠੀਕ ਹੈ ਜੀ, ਅਤੇ ਇਸ ਦੇ ਨਾਲ ਅਸੀਂ ਹੁਣ ਜਿਹੜੇ ਬੱਚੇ ਆਈਲੈਟਸ ਕਰ ਲੈਂਦੇ ਆ ਅਸੀਂ ਨਾਲ ਵੀਜ਼ੇ ਦੀ ਵੀ ਗਾਈਡੈਂਸ ਦਿੰਦੇ ਹਾਂ ਉਹਨਾਂ ਨੂੰ ਅਤੇ ਉਹਨਾਂ ਦਾ ਸਟੱਡੀ ਵੀਜ਼ਾ ਵੀ ਲਾਉਂਦੇ ਹਾਂ। ਠੀਕ ਹੈ ਜੀ, ਅਤੇ ਇਸ ਲਈ ਸਾਡਾ ਫਰੀਦਕੋਟ ਦੇ ਵਿੱਚ ਜਿਹੜਾ ਸੈਂਟਰ ਹੈ ਉਹ ਬਹੁਤ ਸਕਸੈਸਫੁਲ ਚੱਲ ਰਿਹਾ। ਠੀਕ ਹੈ ਜੀ, ਅਤੇ ਫਰੀਦਕੋਟ ਅਤੇ ਕੋਟਕਪੂਰਾ ਸਾਡੇ 2 ਅਤੇ 1 5 ਗ੍ਰਾਈਂ 3 ਬ੍ਰਾਂਚ ਆ ਸਾਡੀਆਂ ਜਿਹੜੀਆਂ ਬੜੀਆਂ ਸਕਸੈਸਫੁਲ ਚੱਲ ਰਹੀਆਂ। ਠੀਕ ਹੈ ਜੀ, ਓਕੇ ਜੀ, ਧੰਨਵਾਦ। ਇੱਕ ਐਸੇ ਇੰਸਟੀਚਿਊਟ ਜਿਨ੍ਹਾਂ ਨੂੰ ਅਵਾਰਡ ਵੀ ਜਿਹੜੇ ਹੈਗਾ ਸਾਰੀਆਂ ਇੰਸਟੀਟਿਊਸ਼ਨਾਂ 'ਚੋਂ ਮਿਲ ਚੁੱਕਿਆ, ਸਰ ਸਾਨੂੰ ਅਵਾਰਡ ਬਾਰੇ ਦੱਸੋ। ਇਹ ਜਿਹੜਾ ਸਾਨੂੰ ਅਵਾਰਡ 3-star ਅਵਾਰਡ ਮਿਲਿਆ ਇਹ ਫਰੀਦਕੋਟ, ਮੁਕਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚੋਂ ਸਿਰਫ ਇੱਕ ਸਾਡਾ ਇੰਸਟੀਟਿਊਟ ਚੁਣਿਆ ਗਿਆ ਜਿਹਨੂੰ ਇਹ ਅਵਾਰਡ ਮਿਲਿਆ। ਠੀਕ ਹੈ ਜੀ, ਇਹ ਸਿਰਫ ਸਾਡੀ ਜਿਹੜੀ ਹੈਗੀ ਹੈ 2009 ਤੋਂ ਸਾਡੇ ਇੰਸਟੀਟਿਊਟ ਜਿਨ੍ਹਾਂ ਦਾ ਸਿਹਰਾ ਮੈਂ ਸਰ ਵਰਿੰਦਰ ਸਿੰਘ ਸਾਡੇ ਜਿਹੜੇ MD ਸਰ ਹੈ, ਠੀਕ ਹੈ, ਅਤੇ ਸਾਡੇ ਸਟਾਫ ਨੂੰ ਦੇਣਾ ਚਾਹੁੰਦਾ, ਉਹਨਾਂ ਦੀ ਬਦੌਲਤ ਅਸੀਂ ਇਸ ਸਟੇਜ 'ਤੇ ਪਹੁੰਚੇ ਹਾਂ। ਠੀਕ ਹੈ ਜੀ, ਹੁਣ ਬਾਈ ਤੁਹਾਡੇ 'ਚ ਅਸੀਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਕਿਉਂਕਿ ਬੱਚੇ ਆ ਜਿਹੜੇ ਉਹਨਾਂ ਦਾ ਮਾਇੰਡ ਸੈਟਅਪ ਆ ਜਿਹੜਾ ਥੋੜ੍ਹਾ ਜਿਹਾ ਹਿਲਜੁਲ ਕਰ ਰਿਹਾ ਵੀ ਅਸੀਂ ਥੋੜ੍ਹਾ ਜਿਹਾ ਇਹਨੂੰ ਇੰਜੋਏ ਵਾਲੇ ਤਰੀਕੇ ਨਾਲ ਲਈਏ ਅਤੇ ਅਸੀਂ ਮੈਂ ਮਾਈਕ ਟ੍ਰਾਂਸਫਰ ਕਰਿਆ ਮੈਡਮ ਲਓ। ਸਾਡੇ ਸ਼ੋਅ ਦਾ ਨਾਮ ਹੈ ਅਚੀਵਰ ਪੁਆਇੰਟ ਪ੍ਰੈਜ਼ੈਂਟ ਰੌਣਕ ਕੈਂਪਸ ਦੀ ਔਨ ਪੰਜਾਬ ਪਲੱਸ। ਅੱਜ ਅਸੀਂ ਪਹੁੰਚੇ ਸ਼੍ਰੀ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਭਾਣੇ ਵਿਖੇ। ਇੱਥੇ ਅਸੀਂ ਅੱਜ ਬੱਚਿਆਂ ਨਾਲ ਗੱਲਾਂ ਬਾਤਾਂ ਕਰਾਂਗੇ, ਇਹਨਾਂ ਨਾਲ ਇੰਟਰੈਕਸ਼ਨ ਕਰਾਂਗੇ। ਤਾਂ ਬੋਇਸ ਕਰੀਏ ਫਿਰ ਆਪਾਂ ਸ਼ੁਰੂ, ਤੁਹਾਡਾ ਨੇਮ ਕੀ ਆ?
My name is Gurnoor Singh. ਹਾਂਜੀ ਮਾਈ ਨੇਮ ਇਜ਼ ਗੁਰਨੂਰ ਸਿੰਘ ਧਾਲੀਵਾਲ ਗੁਰਨੂਰ ਕਿੱਥੋਂ ਆਉਂਦੇ ਹੋ ਤੁਸੀਂ ਸਕੂਲ 'ਚ ਹੀ ਨਹੀਂ ਕਿਹੜੇ ਸ਼ਹਿਰ 'ਚੋਂ ਆਉਂਦੇ ਹੋ ਸਕੂਲ 'ਚ ਹੀ ਰਹਿੰਦੇ ਹਾਂ ਸਕੂਲ 'ਚ ਰਹਿੰਦੇ ਹੋ ਹੋਸਟਲ 'ਚ ਰਹਿੰਦੇ ਹੋ ਉੱਥੇ ਸਾਡਾ ਘਰ ਹੈ ਅੱਛਾ ਉੱਥੇ ਘਰ ਹੈ ਕੀ ਸੁਣਾ ਰਹੇ ਹੋ ਤੁਸੀਂ ਸਾਨੂੰ ਅੱਜ ਕੀ ਸੁਣਾਓਗੇ ਸੌਂਗ ਲੋ ਫਿਟ ਸਟਾਰਟ ਗਲੀਆਂ ਗਲੀਆਂ ਦੇ ਵਿੱਚ ਅਮਰ ਕੋਕ ਦੀ ਅਸਲੇ ਪੌਣ ਪਟਾਕੇ ਨੀ ਮੌਜਰਾਂ ਵਰਗੇ ਕਿੱਥੇ ਦੱਬਦੇ ਵੱਡਿਆਂ ਘਰਾਂ ਦੇ ਕਾਕੇ ਨੀ ਚੜ੍ਹਦੇ ਸਿਆਲ ਦੀ ਡੇਟ ਮੈਰਿਜ ਦੀ ਗਾਲਾਂ ਉੱਤੇ ਲਿਖਾ ਦਾਂਗੇ ਸੁਰਖ ਬੁੱਲਾਂ ਚੂਹਾਂ ਜੇ ਕਰਦੇ ਸਾਰੇ ਸ਼ੌਂਕ ਬੁਕਾ ਦਾਂਗੇ ਤੇਰੇ ਗੁੱਟ ਨੂੰ ਕਿਹੜਾ ਸਰਦਾਰ ਨੀ ਏ ਡਾਇਮੰਡ ਦੀ ਝਾਂਜਰ ਪਾ ਦਾਂਗੇ ਤੇਰੇ ਗੁੱਟ ਨੂੰ ਕਿਹੜਾ ਸਰਦਾਰ ਨੀ ਏ ਡਾਇਮੰਡ ਦੀ ਝਾਂਜਰ ਪਾ ਦਾਂਗੇ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ ਤੂੰ ਗੱਲ ਮੇਰੀ ਕਿਉਂ ਨਹੀਂ ਮੰਨਦਾ ਮਾਹੀ ਵੇ ਜ਼ਿੰਦਗੀ ਹੈ ਤੇਰੇ ਨਾਮ ਹਾਂਜੀ ਤੁਹਾਡਾ ਨੇਮ ਕੀ ਆ ਸਿਮਰਨ ਸਿਮਰਨ ਕਿਹੜੀ ਕਲਾਸ 'ਚ ਨਾਈਨਥ ਵਾਹ ਸਜਣ ਜੀ ਥੋਡੀਆਂ ਕਿਆ ਨੇ ਬਾਤਾਂ ਥੋੜੇ ਦਿਨ ਥੋਡੀਆਂ ਹੀ ਨੇ ਰਾਤਾਂ ਸੋਚਿਆ ਸੀ ਮੈਂ ਕਦੇ ਚੰਨ ਨੂੰ ਐ ਵੇਖਣਾ ਪਾਲ ਮੁਕੀਆਂ ਗਏ ਮੁਖੜੇ ਹਸੀਨ ਤੇ ਦਿਲ ਸ਼ੀਸ਼ੇ ਦੇ ਸਾਫ ਨੇ ਪਰ ਸ਼ਕਲਾਂ ਦੇ ਪੱਕਿਆਂ ਸੱਤ ਸ਼ੁਰੂ ਹੋਣ ਬਾਜ਼ੀਆਂ ਅਸੀਂ ਹੁਕਮਾਂ ਦੇ ਯਕੇ ਆ ਸਾਨੂੰ ਉਹ ਨੱਚਣ ਜਾਣੀ ਬੱਲੀਏ ਸਾਨੂੰ ਕਿਹਦੇ ਲੈਂਦੇ ਚਟਨੀ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿਹੜਾ ਵਾਰਸ ਸੀ ਨਲੂ ਇਹ ਜੇ ਸ਼ੇਰ ਦਾ ਸੀ ਉਹ ਵੈਰੀ ਦੀ ਨਿਗਾਹ 'ਚ ਬੜੀ ਦੇਰ ਦਾ ਜਿਹੜਾ ਵਾਰਸ ਸੀ ਨਲੂ ਇਹ ਜੇ ਸ਼ੇਰ ਦਾ ਸੀ ਉਹ ਵੈਰੀ ਦੀ ਨਿਗਾਹ 'ਚ ਬੜੀ ਦੇਰ ਦਾ ਸੀ ਉਹ ਵੈਰੀ ਦੀ ਨਿਗਾਹ 'ਚ ਬੜੀ ਦੇਰ ਦਾ ਤੇ ਮੁੰਡੋ ਹੀ ਉਖਾੜ ਸੁੱਟਿਆ ਹਾਂਜੀ ਤੁਹਾਡਾ ਨੇਮ ਕੀ ਹੈ ਨਵਜੀਤ ਕੌਰ ਜੀ ਨਵਜੀਤ ਕਿੱਥੋਂ ਬਿਲੋਂਗ ਕਰਦੇ ਹੋ ਚਹਿਲ ਤੋਂ ਹੀ ਚਹਿਲ ਤੋਂ ਗਿਰਨਾ ਵੀ ਅੱਛਾ ਹੈ ਔਕਾਤ ਕਾ ਪਤਾ ਚਲਤਾ ਹੈ ਗਿਰਨਾ ਵੀ ਅੱਛਾ ਹੈ ਔਕਾਤ ਕਾ ਪਤਾ ਚਲਤਾ ਹੈ ਗਿਰਤੇ ਹੈ ਜਬ ਹਾਥ ਉਠਾਨੇ ਕੋ ਅਪਨੋ ਕਾ ਪਤਾ ਚਲਤਾ ਹੈ ਸੱਚੇ ਹੋਤੇ ਹੈ ਵੋ ਲੋਗ ਜੋ ਗੁੱਸਾ ਕਰਤੇ ਹੈ ਮੈਨੇ ਝੂਠੋਂ ਕੋ ਅਕਸਰ ਮੁਸਕੁਰਾਤੇ ਹੋਏ ਦੇਖਾ ਹੈ ਸੀਖ ਰਹੀ ਹੂੰ ਅਬ ਮੈਂ ਭੀ ਇਨਸਾਨੋ ਕੋ ਪੜ੍ਹਨੇ ਕਾ ਹੁਨਰ ਸੁਨਾ ਹੈ ਚਿਹਰੇ ਪੇ ਕਿਤਾਬੋਂ ਸੇ ਜ਼ਿਆਦਾ ਲਿਖਾ ਹੋਤਾ ਹੈ ਥੈਂਕਸ ਸਾਡੇ ਸ਼ੋਅ ਦਾ ਨੇਮ ਹੈ ਅਚੀਵਰ ਪੁਆਇੰਟ ਪ੍ਰੈਜ਼ੈਂਟ ਰੌਣਕ ਕੈਂਪਸ ਦੀ ਔਨ ਪੰਜਾਬ ਪਲੱਸ ਅਚੀਵਰ ਪੁਆਇੰਟ ਪ੍ਰੈਜ਼ੈਂਟ ਰੌਣਕ ਕੈਂਪਸ ਦੀ ਗਰਲਜ਼ ਬੋਲੋਗੇ ਜੀ ਅਚੀਵਰ ਪੁਆਇੰਟ ਪ੍ਰੈਜ਼ੈਂਟ ਰੌਣਕ ਕੈਂਪਸ ਦੀ ਦੇਖਿਆ ਮੈਂ ਕਿਹਾ ਸੀ ਨਾ ਕਿ ਗਿਣਤੀ ਥੋੜੀ ਹੈ ਪਰ ਜੋਸ਼ ਉਹਨਾਂ 'ਚ ਜ਼ਿਆਦਾ ਹੈ ਗਲੀਆਂ ਦੇ ਵਿੱਚ ਹਮਰ ਕੂਕ ਦੀ ਅਸਲੇ ਪੌਣ ਪਟਾਕੇ ਨੀ ਮੌਜ਼ਰਾਂ ਵਰਗੇ ਕਿੱਥੇ ਦੱਬਦੇ ਵੱਡਿਆਂ ਘਰਾਂ ਦੇ ਕਾਕੇ ਚੜ੍ਹਦੇ ਸਿਆਲ ਦੀ ਡੇਟ ਮੈਰਿਜ ਦੀ ਕਾੜਾਂ ਉੱਤੇ ਲਿਖਾ ਦਾਂਗੇ ਸੁਰਖ ਬੁੱਲਾਂ ਚੋਣਾਂ ਪ੍ਰੈਜ਼ੈਂਟ ਰੌਣਕ ਹਾਂਜੀ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਣਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਣਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਣਾ ਦੇ ਮੇਰੀ ਸੱਸ ਬੜੀ ਕਪੱਤੀ ਮੈਨੂੰ ਪਾਉਣ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ ਲੁਧਿਆਣੇ ਜੱਟੀ ਨੱਚੇ ਬਲੇ 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 ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਵੇਖਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਵੇਖਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਵੇਖਦਾ ਸ਼ੋਅ ਦਾ ਨੇਮ ਹੈ ਅਚੀਵਰ ਪੁਆਇੰਟ ਪ੍ਰੈਜ਼ੈਂਟ ਰੌਣਕ ਕੈਂਪਸ ਦੀ ਔਨ ਪੰਜਾਬ ਪਲੱਸ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੇ ਵਿਖੇ ਇੱਥੇ ਆਪਾਂ ਦੇਖਿਆ ਬੱਚਿਆਂ ਨਾਲ ਇੰਟਰੈਕਸ਼ਨ ਕੀਤੀ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ
ਉਹ ਘੈਂਟ ਬੰਦਿਆਂ ਦਾ ਜੱਟ ਫੈਨ ਜਿਹੜੇ ਸਰਕਾਰਾਂ ਵੱਲੋਂ ਬੈਣ ਉਹ ਘੈਂਟ ਬੰਦਿਆਂ ਦਾ ਜੱਟ ਫੈਨ ਜਿਹੜੇ ਸਰਕਾਰਾਂ ਵੱਲੋਂ ਬੈਣ ਉਹ ਬਾਗੀਆਂ ਦੇ ਦਿਲ ਹੁੰਦੇ ਸ਼ੇਰਾਂ ਵਰਗੇ ਉਹ ਬਾਗੀਆਂ ਦੇ ਦਿਲ ਹੁੰਦੇ ਸ਼ੇਰਾਂ ਵਰਗੇ ਮਿਲਦੇ ਨਾ ਜਿਹੜੇ ਕਿਤੋਂ ਮੰਗ ਮੰਗ ਕੇ ਹਵੇਲੀਆਂ ਦੀ ਅੱਖ ਵਿੱਚ ਅੱਖ ਪਾਈ ਦੀ ਅਚੀਵਰ ਪੁਆਇੰਟ ਪ੍ਰੈਜ਼ੈਂਟ ਉਧਰੋਂ ਨਹੀਂ ਆਵਾਜ਼ ਆ ਰਹੀ ਯਾਰ ਕੀ ਗੱਲ ਅਚੀਵਰ ਪੁਆਇੰਟ ਪ੍ਰੈਜ਼ੈਂਟ ਕੋਈ ਕਮੈਂਟ ਜਿਵੇਂ ਫੇਸਬੁੱਕ ਤੇ ਆਪਾਂ ਕਮੈਂਟ ਨਹੀਂ ਦਿੰਦੇ ਹੁੰਦੇ ਸਿਰਾ ਅੱਤ ਦੋਗੇ ਕਮੈਂਟ ਫਿਰ ਆ ਲਓ ਫਿਰ ਸ਼ੁਰੂ ਕਰਦੇ ਆ ਬੋਇਸ ਤੋਂ ਇਧਰਲੀ ਸਾਈਡ ਤੋਂ 1 2 3 ਦੋ ਕਮੈਂਟ ਫਿਰ ਬਹੁਤ ਵਧੀਆ ਰਿਹਾ ਅਸੀਂ ਬੱਚਿਆਂ ਦੇ ਮੁਸਕਰਾਹਟ ਦੇਖ ਰਹੇ ਹਾਂ ਕਿ ਇਹਨਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਤਾਂ ਸਾਡੇ ਸ਼ੋਅ ਦਾ ਨੇਮ ਹੈ ਅਚੀਵਰ ਪੁਆਇੰਟ ਪ੍ਰੈਜ਼ੈਂਟ ਰੌਣਕ ਕੈਂਪਸ ਦੀ ਔਨ ਪੰਜਾਬ ਪਲੱਸ ਥੈਂਕ ਯੂ ਸੋ ਮਚ ਗੁੱਡ ਮਾਰਨਿੰਗ ਐਵਰੀਵਨ ਮਾਈਸੈਲਫ ਕਮਲਦੀਪ ਕੌਰ ਧਾਲੀਵਾਲ ਵਰਕਿੰਗ ਪ੍ਰਿੰਸੀਪਲ ਆਫ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਪਾਣਾ ਆਈ ਐਮ ਥੈਂਕਫੁਲ ਟੂ ਅਚੀਵਰਸ ਪੁਆਇੰਟ ਐਂਡ ਦ ਟੀਵੀ ਚੈਨਲ ਫੋਰ ਕਵਰਿੰਗ ਆਰ ਸਕੂਲਸ ਐਕਟੀਵਿਟੀਜ਼ ਐਂਡ ਸਟੂਡੈਂਟਸ ਐਕਟੀਵਿਟੀਜ਼ ਇੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਸਾਡਾ ਸਕੂਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਲਗਭਗ 20 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹੈ ਸਾਡੇ ਚੇਅਰਮੈਨ ਸਰ ਸਰਦਾਰ ਗੁਰਦੇਵ ਸਿੰਘ ਧਾਲੀਵਾਲ ਜੀ ਨੇ ਇਸ ਸਕੂਲ ਦੀ ਸਿਰਜਣਾ ਇੱਕ ਸੁਪਨਾ ਲੈ ਕੇ ਕੀਤੀ ਸੀ ਜੋ ਸੀ ਕਿ ਇਸ ਇਲਾਕੇ ਦੇ ਵਿੱਚ ਹਰ ਵਰਗ ਦੇ ਲੋਕਾਂ ਦੇ ਮਨ ਦੀ ਜੋ ਇੱਛਾ ਹੁੰਦੀ ਹੈ ਕਿ ਅਸੀਂ ਆਪਦੇ ਬੱਚੇ ਨੂੰ ਚੰਗੀ ਵਿੱਦਿਆ ਦੇਈਏ ਨਾਲ ਨਾਲ ਉਹਨਾਂ ਦਾ ਚੰਗਾ ਸਰਬ ਪੱਖੀ ਵਿਕਾਸ ਵੀ ਕਰੀਏ ਇਸ ਸੁਪਨੇ ਨੂੰ ਉਹਨਾਂ ਨੇ ਸਾਕਾਰ ਕੀਤਾ ਇਸ ਸਕੂਲ ਦੇ ਰੂਪ ਦੇ ਵਿੱਚ ਉਸਨਾਂ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਹਨਾਂ ਦਾ ਸਾਥ ਦਿੱਤਾ ਸਾਡੇ ਸਕੂਲ ਦੇ MD ਸਰਦਾਰ ਭਗਤ ਸਿੰਘ ਧਾਲੀਵਾਲ ਜੀ ਨੇ ਨਾਲ ਉਪ ਸਰਦਾਰ ਅਮਨਦੀਪ ਸਿੰਘ ਧਾਲੀਵਾਲ ਜੀ ਵਰਗ ਕਮੇਟੀ ਮੈਂਬਰ ਇਹਨਾਂ ਸਾਰਿਆਂ ਨੇ ਇੱਕ ਚੰਗਾ ਸਟਾਫ ਲਿਆ ਜਿਸ ਸਟਾਫ ਨੇ ਦਿਨ ਭਰ ਰਾਤ ਮਿਹਨਤ ਕਰਕੇ ਇਸ ਸਕੂਲ ਨੂੰ ਇਹਨਾਂ ਬੁਲੰਦੀਆਂ 'ਤੇ ਪਹੁੰਚਾਇਆ ਸਾਡਾ ਸਕੂਲ ਇਸ ਏਰੀਏ ਦੇ ਵਿੱਚ ਨਾਮਵਰੀ ਸਕੂਲਾਂ ਵਿੱਚ ਪਾਇਆ ਜਾਂਦਾ ਹੈ ਇੱਥੇ ਕੋਕਰੀਕੁਲਰ ਐਕਟੀਵਿਟੀਜ਼ ਵੱਲ ਵੀ ਬਹੁਤ ਧਿਆਨ ਦਿੱਤਾ ਜਾਂਦਾ ਹੈ ਐਜੂਕੇਸ਼ਨ ਦੇ ਫੀਲਡ ਵਿੱਚ ਤਾਂ ਅਸੀਂ ਮੱਲਾਂ ਮਾਰ ਹੀ ਰਹੇ ਹਾਂ ਬਟ ਸਾਡੀ ਸਭ ਤੋਂ ਜਿਹੜੀ ਅੱਛੀ ਅਚੀਵਮੈਂਟ ਇਹ ਹੈ ਕਿ ਸਰਦਾਰ ਗੁਰਦੇਵ ਭਗਤ ਸਿੰਘ ਧਾਲੀਵਾਲ ਦੀ ਮਿਹਨਤ ਜਿਹੜੀ ਹੈ ਉਹ ਰੰਗ ਲਿਆ ਰਹੀ ਹੈ ਸਪੋਰਟਸ ਦੇ ਫੀਲਡ ਦੇ ਵਿੱਚ ਸਪੋਰਟਸ ਦੇ ਵਿੱਚ ਅਸੀਂ ਨੈਸ਼ਨਲ ਅਤੇ ਇੰਟਰਨੈਸ਼ਨਲ ਪਲੇਅਰਸ ਵੀ ਆਪਣੇ ਇਲਾਕੇ ਦੇ ਝੋਲੀ ਵਿੱਚ ਪਾਏ ਨੇ ਇਸ ਹਰਗੋਬਿੰਦ ਸਕੂਲ ਦੇ ਵਿਦਿਆਰਥੀ ਜਿਹੜੇ ਆ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਵੀ ਮੱਲਾਂ ਮਾਰ ਰਹੇ ਨੇ ਕ੍ਰਿਕਟ ਦੀਆਂ ਗਰਲਸ ਦੀ ਪ੍ਰਮੋਸ਼ਨ ਦੇ ਲਈ ਭਗਤ ਸਰ ਨੇ ਦਿਨ ਭਰ ਰਾਤ ਮਿਹਨਤ ਕੀਤੀ ਆ ਉਹਨਾਂ ਨੇ ਜਾ ਕੇ ਜਿਹੜੇ ਪਿੰਡਾਂ ਦੇ ਵਿੱਚੋਂ ਪੇਰੈਂਟਸ ਨੂੰ ਮੋਟੀਵੇਟ ਕੀਤਾ ਕਿ ਲੜਕੀਆਂ ਨੂੰ ਖੇਡਾਂ ਵਿੱਚ ਲਿਆਇਆ ਜਾ ਸਕੇ ਜਿਸ ਦੇ ਸਦਕਾ ਕਿ ਅਸੀਂ ਪੰਜਾਬ ਨੂੰ ਗੋਲਡ ਮੈਡਲ ਵੀ ਆਪਣੇ ਹਰਗੋਬਿੰਦ ਸਕੂਲ ਭਾਣਾ ਦੀ ਟੀਮ ਦੀ ਸਦਕਾ ਹੀ ਲੜਕੀਆਂ ਦੀ ਕ੍ਰਿਕਟ ਵਿੱਚ ਮਿਲਿਆ ਹੈ ਅਤੇ ਅਸੀਂ ਜਿਹੜੀ ਸਪੋਰਟਸ ਦੇ ਨਾਲ ਨਾਲ ਐਜੂਕੇਸ਼ਨ ਦੇ ਲਈ ਇੱਕ ਚੰਗਾ ਸਟਾਫ ਇੱਕ ਚੰਗੀ ਫੈਕਲਟੀ ਹੈ ਜੋ ਵਰਕ ਕਰ ਰਹੀ ਹੈ ਕਿ ਅੱਜ ਕੱਲ੍ਹ ਦੀ ਹੁਣ ਦੀ ਕੀ ਲੋੜ ਹੈ ਕਿ ਵਿਦਿਆਰਥੀਆਂ ਨੂੰ ਆਪਾਂ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਜਿਹੜੀ ਹੈ ਇੰਗਲਿਸ਼ ਦੇ ਵਿੱਚ ਵੀ ਬੱਚਿਆਂ ਨੂੰ ਉਹਨਾਂ ਨੂੰ ਨਿਪੁੰਨ ਕਰੀਏ ਜਿਹਦੇ ਲਈ ਅਸੀਂ ਵਰਕ ਕਰ ਰਹੇ ਹਾਂ ਸਾਡੀ ਜਿਹੜੀ ਫੈਕਲਟੀ ਹੈ ਉਹ ਮਿਹਨਤ ਕਰਦੀ ਹੈ ਕਿ ਬੱਚਿਆਂ ਨੂੰ ਇੰਗਲਿਸ਼ ਵੱਲ ਵੀ ਧਿਆਨ ਦਿੱਤਾ ਜਾ ਸਕੇ ਅਤੇ ਨਾਲ ਹੀ ਅਸੀਂ ਅੱਜ ਥੈਂਕਫੁਲ ਹਾਂ ਇੱਥੇ ਆਏ ਜਿਹੜੇ ਅਚੀਵਰ ਪੁਆਇੰਟ ਵਾਲਿਆਂ ਦੇ ਜਿਨ੍ਹਾਂ ਨੇ ਕਿ ਆਈਟਸ ਦੀ ਕੋਚਿੰਗ ਦੇ ਕੇ ਬੱਚਿਆਂ ਨੂੰ ਅੱਛਾ ਫਿਊਚਰ ਪ੍ਰੋਵਾਈਡ ਕਰ ਰਹੇ ਅੱਛਾ ਪਲੇਟਫਾਰਮ ਇਹਨਾਂ ਨੇ ਬਹੁਤ ਅੱਛੀ ਗਾਈਡੈਂਸ ਪ੍ਰੋਵਾਈਡ ਕੀਤੀ ਹੈ ਸਟੂਡੈਂਟਸ ਨੂੰ ਐਂਡ ਆਈ ਅਸ਼ੋਰ ਕਿ ਅਸੀਂ ਇਹਨਾਂ ਦਾ ਇਨ ਫਿਊਚਰ ਅਸੀਂ ਇਹਨਾਂ ਨਾਲ ਕੋਆਪਰੇਟ ਕਰਕੇ ਆਪਦੇ ਸਟੂਡੈਂਟਸ ਨੂੰ ਫੋਰਨ ਦੇ ਵਿੱਚ ਸਟੱਡੀਜ਼ ਦੇ ਲਈ ਜਾਂ ਉਹਨਾਂ ਨੂੰ ਅੱਗੇ ਸੈਟਲਮੈਂਟ ਦੇ ਲਈ ਇਹਨਾਂ ਦੀ ਕੋਆਪਰੇਸ਼ਨ ਨਾਲ ਹੈਲਪ ਕਰਾਂਗੇ ਥੈਂਕ ਯੂ ਐਵਰੀਵਨ ਫੋਰ ਐਵਰੀਥਿੰਗ ਕੀ ਤੁਸੀਂ ਆਇਲਸ ਵਿੱਚੋਂ ਚੰਗੇ ਬੈਂਡ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਅਚੀਵਰਸ ਪੁਆਇੰਟ ਕੋਟਕਪੁਰਾ ਵਿਖੇ ਆਓ ਜਿਸ ਨੂੰ ਮਿਲਿਆ ਹੈ ਬੈਸਟ ਇੰਸਟੀਚਿਊਟ ਦਾ ਅਵਾਰਡ ਸਿਰਫ ਕੁਝ ਹੀ ਦਿਨਾਂ ਵਿੱਚ ਚੰਗੇ ਬੈਂਡ ਹਾਸਲ ਕਰੋ ਅਤੇ ਆਇਲਸ ਵਿੱਚੋਂ ਚੰਗੇ ਬੈਂਡ ਲੈ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੋ ਸੰਪਰਕ ਕਰੋ ਅਚੀਵਰਸ ਪੁਆਇੰਟ ਕੋਟਕਪੁਰਾ 96462 13240 96462 13240